ਸ਼ਹਿਰ ਦੀ ਖਲ ਪਾ ਕੇ ਕਿੱਧਰ ਸ਼ਹਿਰ ਤੇ ਨਹੀਂ ਬਣ ਜਾਂਦਾ। ਜਿਹੜਾ ਪਹਿਲੇ ਹੀ ਸ਼ਹਿਰ ਹੋਵੇ ਹੋਇਆ ਸਰੂਪਿਤ ਜਾ ਕੇ। ਅਸਲਾਮ ਅਲੈਕੁਮ, ਹੱਸਦੇ ਰਹੋ ਵਸਦੇ ਰਹੋ। ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਲ ਇੰਟਰਟੇਨਮੈਂਟ ਪਲੱਸ। ਅੱਜ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਤੇ ਹਾਜ਼ਰ ਹੋ ਰਹੇ ਹਾਂ। ਉਸ ਫਿਲਮ ਦਾ ਨਾਂ ਹੈ ਹੱਥਾਂ ਵਿੱਚ ਹੱਥ। 2 ਜਨਵਰੀ 1987 ਬਰੋ ਜਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਹੱਥਾਂ ਵਿੱਚ ਹੱਥ। ਹੱਥਾਂ ਵਿੱਚ ਹੱਥ ਜਿਹੜੀ ਫਿਲਮ ਹੈ ਉਹ ਉਹਨਾਂ ਲੋਕਾਂ ਵਾਸਤੇ ਬਿਹਤਰੀਨ ਤੋਹਫਾ ਹੈ ਜਿਹੜੀ ਲੜਾਈ ਔਰ ਮਾਰ ਕੁਟਾਈ ਦੀਆਂ ਫਿਲਮਾਂ ਵੇਖਣਾ ਚਾਹੁੰਦੇ ਨੇ। ਇਸ ਫਿਲਮ ਦੇ ਅੰਦਰ ਸੁਲਤਾਰੇ ਨੇ ਨਾਦਰ ਗੁਜਰ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਇੱਕ ਇਲਾਕੇ ਦਾ ਬਦਮਾਸ਼ ਹੁੰਦਾ ਹੈ ਔਰ ਉਸਦੀ ਜਿਹੜੀ ਮੰਗ ਹੁੰਦੀ ਹੈ ਉਹ ਬਾਲੀ ਗੁਜਰੀ ਹੁੰਦੀ ਹੈ, ਜਿਹੜੀ ਕਿ ਤੁਹਾਨੂੰ ਪਤਾ ਹੈ ਦੁੱਧ ਦਾ ਕਾਰੋਬਾਰ ਕਰਦੀ ਹੈ। ਮੁਸਤਫਾ ਕੁਰੈਸ਼ੀ ਨੇ ਇਸ ਫਿਲਮ ਦੇ ਅੰਦਰ ਯਾਰੂ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਉਸੇ ਇਲਾਕੇ ਦਾ ਬਦਮਾਸ਼ ਹੁੰਦਾ ਹੈ ਜਿਸ ਇਲਾਕੇ 'ਚ ਨਾਦਰ ਰਹਿੰਦਾ ਹੈ। ਨਾਦਰ ਅਤੇ ਯਾਰੂ ਦੀ ਜਿਹੜੀ ਦੁਸ਼ਮਣੀ ਹੈ ਉਸਦਾ ਆਗਾਜ਼ ਹੁੰਦਾ ਹੈ ਜਦੋਂ ਯਾਰੂ ਆ ਕੇ ਬਾਲੀ ਦੀ ਬਾਂਹ ਫੜਦਾ ਹੈ ਔਰ ਬਾਲੀ ਦੀ ਬਾਂਹ ਫੜ ਕੇ ਉਹ ਇਹ ਕਹਿੰਦਾ ਹੈ ਕਿ ਮੈਂ ਹੁਣ ਸ਼ਾਦੀ ਬਾਲੀ ਦੇ ਨਾਲ ਕਰਾਂਗਾ। ਬਾਲੀ ਜਾਂਦੀ ਔਰ ਜਾ ਕੇ ਨਾਦਰ ਨੂੰ ਬੁਲਾ ਕੇ ਲਿਆਉਂਦੀ, ਉਹਨਾਂ ਦੀ ਆਪਸੀ ਦੁਸ਼ਮਣੀ ਦਾ ਆਗਾਜ਼ ਹੋ ਜਾਂਦਾ, ਉਹਨਾਂ ਦੀ ਲੜਾਈ ਹੁੰਦੀ ਹੈ, ਪੁਲਿਸ ਆਉਂਦੀ ਹੈ, ਗ੍ਰਿਫਤਾਰ ਕਰਦੀ ਹੈ ਔਰ ਉਸ ਤੋਂ ਬਾਅਦ ਕਾਫੀ ਦਫ਼ਾ ਉਹਨਾਂ ਦੀ ਆਪਸ ਵਿੱਚ ਇਸ ਮਸਲੇ 'ਤੇ ਖਟਪਟ ਹੁੰਦੀ ਹੈ। ਆਖਰ ਉਹਨਾਂ ਦਾ ਇੱਕ ਖਾਨਦਾਨ ਦਾ ਇੱਕ ਬੰਦਾ ਆਉਂਦਾ ਹੈ ਜਿਹੜਾ ਬਜ਼ੁਰਗ ਹੁੰਦਾ ਹੈ, ਉਹ ਵਿੱਚ ਪੈ ਕੇ ਆਪਸ ਵਿੱਚ ਉਹਨਾਂ ਦੀ ਸੁਲਹ ਕਰਾ ਦਿੰਦਾ ਹੈ ਔਰ ਉਹਨਾਂ ਦੀ ਆਪਸ ਵਿੱਚ ਦੁਸ਼ਮਣੀ ਖਤਮ ਹੋ ਜਾਂਦੀ ਹੈ ਵਕਤੀ ਤੌਰ 'ਤੇ। ਅੱਛਾ, ਇਸ ਫਿਲਮ ਦੇ ਅੰਦਰ ਜਿਹੜੀ ਯਾਰੂ ਦੀ ਹੁੰਦੀ ਹੈ ਬੀਵੀ ਸਲਮਾ, ਉਹਦਾ ਕਿਰਦਾਰ ਅਦਾਕਾਰ ਸੰਗੀਤਾ ਨੇ ਅਦਾ ਕੀਤਾ ਹੈ ਔਰ ਸੰਗੀਤਾ ਦਾ ਇੱਕ ਪੁੱਤਰ ਵੀ ਹੁੰਦਾ ਹੈ। ਯਾਰੂ ਜਿਹੜਾ ਹੁੰਦਾ ਹੈ ਉਹ ਕਾਇਦੇ ਤਵਜੋ ਕੰਮ ਦਿੰਦਾ ਹੈ ਔਰ ਬਾਹਰ ਉਹਦੀਆਂ ਸਰਗਰਮੀਆਂ ਜ਼ਿਆਦਾ ਹੁੰਦੀਆਂ। ਸੁਲਾ ਇੱਕੋ ਸੂਰਤ ਤੇ ਹੋ ਸਕਦੀ ਹੈ ਦਾਦਾ, ਕਿ ਅੱਜ ਤੋਂ ਬਾਅਦ ਮੇਰੇ ਮਹੱਲੇ 'ਚ ਪੈਰ ਨਾ ਪਾਵੇ। ਇਸ ਲਈ ਕਿ ਮੈਂ ਇਕਬਾਲ ਹਸਨ ਨੇ ਇਸ ਫਿਲਮ ਦੇ ਅੰਦਰ ਭੋਲੇ ਕਚਵਾਨ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਸੰਗੀਤਾ ਦਾ ਭਰਾ ਆਉਂਦਾ ਹੈ ਔਰ ਯਾਰੂ ਦਾ ਉਹ ਸਾਲਾ ਆਉਂਦਾ ਹੈ। ਜਿਹੜਾ ਭੋਲਾ ਹੁੰਦਾ ਹੈ ਉਹ ਖਾਨਮ ਦੇ ਨਾਲ ਪਿਆਰ ਕਰਦਾ ਹੁੰਦਾ ਹੈ, ਜਿਹਦਾ ਨਾਮ ਬਿੱਲੋ ਹੁੰਦਾ ਹੈ ਔਰ ਬਿੱਲੋ ਜਿਹੜੀ ਆਉਂਦੀ ਹੈ ਗਲੀ ਗਲੀ ਫਿਰ ਕੇ ਉਹ ਵੰਗਾਂ ਵੇਚਦੀ ਹੈ। ਇੱਕ ਟਾਈਮ ਐਸਾ ਆ ਜਾਂਦਾ ਹੈ ਯਾਰੂ ਅਤੇ ਨਾਦਰ ਦੀ ਜਿਹੜਾ ਦੁਸ਼ਮਣੀ ਹੁੰਦੀ ਉਹ ਦੁਬਾਰਾ ਸਟਾਰਟ ਹੋ ਜਾਂਦੀ ਹੈ। ਸੁਲਤਾਨੇ ਜਾਂਦਾ ਹੈ ਨਾਦਰ ਉਸ ਬਜ਼ੁਰਗ ਕੋਲ ਜਾਂਦਾ ਔਰ ਉਸ ਕੋਲ ਨੂੰ ਤਰੀਰੀ ਮਾਇਦਾ ਲੈ ਕੇ ਫਾੜ ਦਿੰਦਾ ਹੈ, ਕਿਉਂਕਿ ਯਾਰੂ ਜ਼ਿੱਦ ਕਰ ਰਿਹਾ ਹੁੰਦਾ ਹੈ ਕਿ ਮੈਂ ਜਿਹੜਾ ਬਾਲੀ ਦੇ ਨਾਲ ਸ਼ਾਦੀ ਕਰਾਂਗਾ ਔਰ ਇੱਧਰੋਂ ਨਾਦਰ ਵੀ ਕਸਮ ਖਾਂਦਾ ਕਿ ਮੈਂ ਉਹ ਹੱਥ ਵੜ ਦਿਆਂਗਾ ਜਿਹਨੇ ਬਾਲੀ ਦਾ ਹੱਥ ਪਕੜਿਆ ਹੋਇਆ ਹੈ। ਇਕਬਾਲ ਹਸਨ ਜਿਹੜਾ ਹੁੰਦਾ ਉਹ ਕੁਚਵਾਨ ਹੁੰਦਾ ਔਰ ਉਹਦੀ ਦੁਸ਼ਮਣੀ ਦਾ ਆਗਾਜ਼ ਯਾਰੂ ਦੇ ਨਾਲ ਉਹਦੀ ਦੁਸ਼ਮਣੀ ਦਾ ਆਗਾਜ਼ ਹੁੰਦਾ, ਨਾਦਰ ਦੇ ਨਾਲ ਉਹਦੀ ਦੁਸ਼ਮਣੀ ਦਾ ਆਗਾਜ਼ ਹੁੰਦਾ, ਕਿਉਂਕਿ ਜਦੋਂ ਯਾਰੂ ਉਹਦੀ ਭੈਣ ਨੂੰ ਤੰਗ ਕਰਦਾ ਜਿਹੜਾ ਭੋਲਾ ਹੁੰਦਾ ਉਹ ਵੀ ਬਦਮਾਸ਼ ਬਣ ਜਾਂਦਾ ਕੁਛ ਟਾਈਮ ਵਾਸਤੇ, ਲੇਕਿਨ ਉਹਦੀ ਭੈਣ ਉਹਦਾ ਮਿਹਨਤ ਤਰਲਾ ਕਰਕੇ ਉਹਨੂੰ ਵਾਪਸ ਜਿਹੜਾ ਨਾ ਸ਼ਰਾਫਤ 'ਤੇ ਲੈ ਕੇ ਆਉਂਦੀ ਹੈ। ਅੱਛਾ, ਇਸ ਫਿਲਮ ਦੇ ਅੰਦਰ ਅਦੀਬ ਨੇ ਰਾਜੇ ਦਾ ਕਿਰਦਾਰ ਅਦਾ ਕੀਤਾ, ਉਹਦੇ 3-4 ਦੋਸਤ ਵੀ ਹੁੰਦੇ, ਜਿਹੜਾ ਇੱਕ ਗਰੋਹ ਹੁੰਦਾ ਔਰ ਗਰੋਹ ਜਿਹੜਾ ਮਿਲ ਕੇ ਇਹ ਜਿਹੜਾ ਹੁੰਦਾ ਯਾਰੂ ਦੇ ਦੋਸਤ ਹੁੰਦੇ ਨੇ ਔਰ ਜੇਲ੍ਹ ਤੋਂ ਜੋ ਉਹ ਬਾਹਰ ਆਉਂਦੇ ਨੇ ਆ ਕੇ ਯਾਰੂ ਦੇ ਨਾਲ ਮਿਲਦੇ ਨੇ ਔਰ ਯਾਰੂ ਅਤੇ ਸਲਮਾ ਦੀ ਲੜਾਈ ਹੁੰਦੀ ਉਹਨੂੰ ਘਰੋਂ ਕੱਢ ਦਿੰਦਾ। ਰਸਤੇ 'ਚ ਇਹ ਤਿੰਨੋਂ ਮਿਲਦੇ ਨੇ ਔਰ ਤਿੰਨੋਂ ਮਿਲ ਕੇ ਜਿਹੜਾ ਨਾ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਨਾਦਰ ਆ ਕੇ ਉਹਦੀ ਇੱਜ਼ਤ ਬਚਾਉਂਦਾ। ਇਸ ਫਿਲਮ 'ਤੇ ਐਂਡ 'ਤੇ ਹੁੰਦਾ ਕਿ ਜਿਹੜਾ ਕੁਚਵਾਨ ਹੁੰਦਾ ਭੋਲਾ ਕੁਚਵਾਨ ਉਹ ਮਾਰਿਆ ਜਾਂਦਾ, ਜਿਹੜਾ ਦਦੀਬ ਹੁੰਦਾ ਉਹਦੇ ਸਾਥੀ ਹੁੰਦੇ ਨੇ ਉਹ ਹਮਲਾ ਕਰਦੇ ਨੇ ਔਰ ਇਸ ਹਮਲੇ ਦੇ ਦੌਰਾਨ ਜਿਹੜਾ ਪਹਿਲੇ ਉਹ ਜਾ ਕੇ
ਪੋਲੀਓ ਕੋ ਚੁਹਾਨ ਨੂੰ ਮਾਰ ਕੇ ਆ ਜਾਂਦੇ, ਉਹ ਆਪਣੀ ਤਰਫੋਂ ਮਾਰ ਕੇ ਸੁੱਟ ਦਿੰਦੇ, ਲੇਕਿਨ ਉਹ ਬਚ ਜਾਂਦਾ। ਫਿਰ ਉਹਨਾਂ ਦੀ ਲੜਾਈ ਜਿਹੜਾ ਮੈਂ ਯਾਰੂ ਔਰ ਨਾਦਰ ਦੇ ਨਾਲ ਹੁੰਦੀ ਹੈ। ਜਦੋਂ ਨਾਦਰ ਅਤੇ ਯਾਰੂ ਦੀ ਲੜਾਈ ਹੁੰਦੀ, ਯਾਰੂ ਨੂੰ ਪਤਾ ਚੱਲਦਾ ਕਿ ਜਿਹੜੇ ਮੇਰੇ ਦੋਸਤ ਹੋਣ, ਇਹਨਾਂ ਨੇ ਮੇਰੀ ਬੀਵੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਨਾਦਰ ਨੇ ਆ ਕੇ ਬਚਾਇਆ। ਔਰ ਉਹ ਇਹ ਕਰਦਾ ਕਿ ਉਹਨਾਂ ਦੇ ਨਾਲ ਲੜਦੇ ਲੜਾਈ ਦੇ ਦੌਰਾਨ ਜਿਹੜਾ ਨਾ ਉਹ ਜਿਹੜਾ ਪੋਲਾ ਕੋਚਵਾਨ ਉਹ ਆ ਜਾਂਦਾ ਔਰ ਸਾਰਿਆਂ ਨੂੰ ਮਾਰ ਦਿੰਦਾ। ਬੜੀ ਅੱਛੀ ਫਿਲਮ ਨੇ, ਲੋਕਾਂ ਵਾਸਤੇ ਜਿਹੜੇ ਲੜਾਈ ਮਾਰ ਕੁਟਾਈ ਦੀਆਂ ਫਿਲਮਾਂ ਵੇਖਦੇ ਹਨ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੈ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।